ਸਾਊਥ ਦੀਆਂ ਫਿਲਮਾਂ ਵਿੱਚ ਕਾਮੇਡੀਅਨ ਤੇ ਵਿਲਨ ਦਾ ਰੋਲ ਅਦਾ ਕਰਕੇ ਫੈਨਸ ਦੇ ਦਿਲ ਵਿੱਚ ਜਗ੍ਹਾ ਬਣਾਉਣ ਵਾਲੇ ਤੇਲਗੂ ਅਦਾਕਾਰਾ ਜਯਾ ਪ੍ਰਕਾਸ਼ ਰੈਡੀ ਦਾ ਦੇਹਾਂਤ ਹੋ ਗਿਆ ਹੈ। ਤੁਹਾਨੂੰ ਦੱਸ ਦਈਏ, ਤੇਲਗੂ ਅਦਾਕਾਰਾ ਜਯਾ ਪ੍ਰਕਾਸ਼ ਰੈਡੀ, ਜੋ ਕਿ ਆਪਣੀ ਕਾਮੇਡੀਅਨ ਭੂਮਿਕਾਵਾਂ ਲਈ ਜਾਣੇ ਜਾਂਦੇ ਸੀ, ਦੀ ਮੰਗਲਵਾਰ 8 ਸਤੰਬਰ ਦੇਰ ਰਾਤ ਨੂੰ ਆਂਧਰ ਪ੍ਰਦੇਸ਼ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਉਹਨਾਂ ਦੀ ਉਮਰ 74 ਸਾਲ ਸੀ। ਇਹ ਖਬਰ ਮਿਲਦਿਆਂ ਹੀ ਮਹੇਸ਼ ਬਾਬੂ ਜੂਨੀਅਰ NTR, ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ YS ਜਗਨ ਮੋਹਨ ਰੈਡੀ ਅਤੇ ਕਈ ਹੋਰ ਸ਼ਖਸੀਅਤਾਂ ਨੇ ਜਯਾ ਪ੍ਰਕਾਸ਼ ਦੀ ਮੌਤ ਉੱਤੇ ਸ਼ੋਕ ਪ੍ਰਗਟ ਕੀਤਾ ਹੈ। ਜਯਾ ਪ੍ਰਕਾਸ਼ ਰੈਡੀ ਨੇ ਕਈ ਤੇਲਗੂ ਫਿਲਮਾਂ ਵਿੱਚ ਬਤੌਰ ਪਾਤਰ ਕਲਾਕਾਰ ਵਜੋਂ ਬੇਮਿਸਾਲ ਕੰਮ ਕੀਤਾ ਹੈ। ਉਹ ਆਖਰੀ ਵਾਰ ਮਹੇਸ਼ ਬਾਬੂ ਦੀ ਸਰੀ ਲੇਰੂ ਨਿੱਕੇ ਵੇਵਰੂ ਵਿੱਚ ਦੇਖੇ ਗਏ ਸਨ, ਜੋ ਕਿ 11 ਜਨਵਰੀ ਨੂੰ ਸੰਕ੍ਰਾਂਤ ਦੇ ਦੌਰਾਨ ਰਿਲੀਜ਼ ਹੋਈ ਸੀ। ਮਹੇਸ਼ ਬਾਬੂ ਨੇ ਟਵਿੱਟਰ ਤੇ ਜਯਾ ਪ੍ਰਕਾਸ਼ ਰੈਡੀ ਨੂੰ ਆਖਰੀ ਸਤਿਕਾਰ ਦਿੰਦੇ ਹੋਏ ਲਿਖਿਆ ਹੈ ਕਿ ਜਯਾ ਪ੍ਰਕਾਸ਼ ਰੈਡੀ ਗਾਰੂ ਦੇ ਦੇਹਾਂਤ ਤੋਂ ਮੈਂ ਬਹੁਤ ਦੁਖੀ ਹਾਂ। TFI ਦੇ ਇੱਕ ਉੱਤਮ ਅਦਾਕਾਰ ਕਾਮੇਡੀਅਨ, ਉਹਨਾਂ ਦੇ ਨਾਲ ਕੰਮ ਕਰਨ ਦੇ ਤਜੁਰਬੇ ਨੂੰ ਹਮੇਸ਼ਾ ਯਾਦ ਕਰਨਗੇ ਤੇ ਉਹਨਾਂ ਦੇ ਪਰਿਵਾਰ ਅਤੇ ਅਜ਼ੀਜ਼ਾਂ ਨਾਲ ਉਹ ਦਿਲੋਂ ਸ਼ੋਕ ਪ੍ਰਗਟ ਕਰਦੇ ਨੇ। ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ YS ਜਗਨ ਮੋਹਨ ਰੈਡੀ ਨੇ ਇੱਕ ਸ਼ੋਕ ਸੰਦੇਸ਼ ਜਾਰੀ ਕੀਤਾ ਹੈ। ਬਿਆਨ ਵਿੱਚ ਲਿਖਿਆ ਗਿਆ ਹੈ, AP ਦੇ ਮੁੱਖ ਮੰਤਰੀ ਸ਼੍ਰੀ YS ਜਗਨ ਮੋਹਨ ਰੈਡੀ ਨੇ ਪ੍ਰਸਿੱਧ ਪਾਤਰ ਕਲਾਕਾਰ ਸ਼੍ਰੀ ਜੈ ਪ੍ਰਕਾਸ਼ ਰੈਡੀ ਦੀ ਮੌਤ ਤੇ ਦੁੱਖ ਜ਼ਾਹਿਰ ਕੀਤਾ ਹੈ, ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਫਿਲਮ ਇੰਡਸਟਰੀ ਵਿੱਚ ਵਿਸ਼ੇਸ਼ ਸਥਾਨ ਸਿਰਜਿਆ ਸੀ। ਮੁੱਖ ਮੰਤਰੀ ਨੇ ਦੱਸਿਆ, ਮੈਂ ਉਹਨਾਂ ਦੇ ਪਰਿਵਾਰ ਨਾਲ ਦਿਲੋਂ ਸ਼ੋਕ ਪ੍ਰਗਟ ਕਰਦਾ ਹਾਂ। ਮੀਡੀਆ ਡੈਸਕ, TVNRI।